ਪਾਕਿਸਤਾਨ ਦੇ ਮੀਡੀਆ ਨੂੰ ਚਾਹੀਦਾ ਵੀ ਉਹ ਸਾਡੀ ਭੈਣਾਂ ਦੇ ਫੁੱਦਿਆਂ ਨੂੰ ਇੰਟਰਨੈਸ਼ਨਲ ਲੈਵਲ ਤੇ ਪ੍ਰੋਜੈਕਟ ਕਰੇ ਵੀ ਸਾਡੀ ਭੈਣਾਂ ਦੇ ਫੁੱਦੇ ਦੇਖ ਲਓ ਕਿੰਨੇ ਵਾੜ ਗਏ ਨੇ ਤੇ ਇੰਡੀਆ ਨੇ ਸਾਨੂੰ ਪੈਸੇ ਬਹੁਤ ਥੋੜੇ ਦਿੱਤੇ ਆ ਸਾਡੀ ਕਿਉਂਕਿ ਯੂਐਨ ਤੋਂ ਏਡ ਲੈਣੀ ਚਾਹੀਦੀ ਆ ਜਿੰਨੀ ਏਡ ਆ ਰਹੀ ਆ ਉਹ ਸਿਰਫ ਭੈਣ ਚੋਂ ਗਿਲਾਨੀ ਜਰਦਾਰੀ ਤੇ ਕੈਨੀ ਦੀ ਕੁੜੀਆਂ ਦੇ ਫੁੱਦਿਆਂ ਵਾਸਤੇ ਆ ਰਹੀ ਆ ਜਿਹੜੀ ਪਾਕਿਸਤਾਨ ਦੀ ਆਮ ਮੁਸਲਿਮ ਆਵਾਮ ਆ ਤੇ ਉਹਨਾਂ ਦੀ ਕੁੜੀਆਂ ਜਿਹੜੀਆਂ ਫੁੱਦਿਆਂ ਮਰਾ ਕੇ ਕਸ਼ਮੀਰ ਤੇ ਇੰਡੀਅਨ ਆਰਮੀ ਦੇ ਲੰਗਚੋਂ ਚੌਂਕ ਚੌਂਕ ਆਈਆਂ ਨੇ ਉਹਨਾਂ ਲਈ ਕੋਈ ਏਡ ਹੀ ਨਹੀਂ ਆ ਰਹੀ ਇਹ ਸਾਰਾ ਚੱਕਰ ਆ ਭੈਣਾਂ ਦੇ ਫੁੱਦੇ ਸੇਫ ਨਹੀਂ ਹੈ ਜੀ ਸਾਡੀ ਭੈਣਾਂ ਦੇ ਫੁੱਦੇ ਕਿਉਂ ਨਹੀਂ ਸੇਫ ਹੈ ਜੀ ਕਿਉਂਕਿ ਤਾਲੀਬਾਨ ਵਾਲੇ ਵੀ ਸਾਡੀ ਭੈਣਾਂ ਚੋਂ ਤੇ ਦੱਬ ਕੇ ਤਾਲੀਬਾਨ ਵਾਲੇ ਤਾਂ ਇਹ ਕਹਿੰਦੇ ਵੀ ਸਾਡੀ ਭੈਣਾਂ ਦੇ ਫੁੱਦਿਆਂ ਦੇ ਵਿੱਚ ਉਹ ਜਿਹਾਦ ਦੀ ਟ੍ਰੇਨਿੰਗ ਕਰਦੇ ਕਹਿੰਦੇ ਮੈਂ ਕਿਹਾ ਇਹ ਕਿਹੜਾ ਜਿਹਾਦ ਆ ਜਿਹੜੀ ਤੁਸੀਂ ਸਾਡੀ ਭੈਣਾਂ ਦੇ ਫੁੱਦਿਆਂ ਦੇ ਵਿੱਚ ਟ੍ਰੇਨਿੰਗ ਕਰਦੇ ਹੋ ਤੇ ਸਭ ਇੰਡੀਅਨ ਰਾਹ ਦੀ ਚਾਲ ਆ ਇੰਡੀਅਨ ਰਾਹ ਸ਼ੁਰੂ ਤੋਂ ਹੀ ਪਾਕਿਸਤਾਨ ਦੀ ਗਾਂਢ ਦੇ ਵਿੱਚ ਡੰਡਾ ਜਿਹੜਾ ਉਹਨਾਂ ਨੇ ਦਿੱਤਾ ਹੋਇਆ ਉਹ ਕਹਿੰਦੇ ਇਹ ਕਮਾਈ ਆਈਏ ਕਮਾਈ ਆਈਏ ਉਹ ਸਾਡੀ ਭੈਣਾਂ ਦੇ ਫੁੱਦਿਆਂ ਦਾ ਖਿਲਵਾੜ ਕਰਦੇ ਆ ਸਾਡੀ ਜਿਹੜਾ ਕੈਨੀ ਆ ਭੈਣ ਦਾ ਲੋੜਾ ਜਿਹਦੀ ਗਾਸੀ ਅਫਗਾਨਿਸਤਾਨ ਚ ਨਾਨੀ ਆ ਹਵਾ ਤੱਕ ਜਾਈ ਰਹੀ ਹੈ ਸਾਡੀ ਗਾਂਢ ਪੜਵਾਉਂਦਾ ਲੱਲੇ ਗੁੱਲੇ ਕਰਕੇ ਮੁੱਲੇ ਲੁੱਲੇ ਚੁੰਘ ਗਏ ਆ ਲਾਲ ਮਿਰਚ ਚ ਗਾਹੀ ਰਸ਼ੀਦੀ ਜਗ੍ਹਾ ਵੰਡ ਕੁੱਟੇ ਗਈ ਬੁਰਕੇ ਵਾਲੀਆਂ ਭੈਣਾਂ ਸਾਡੀਆਂ ਜਿਹੜੀਆਂ ਸੀਗੀਆਂ ਨਮਾਜ਼ ਕਰਦੀਆਂ ਉਹਨਾਂ ਦੀ ਮੁੜ ਚ ਡੰਡੇ ਦੇਖ ਕੇ ਉਹਨਾਂ ਨੂੰ ਕਿਹਾ ਗਿਆ ਕਹੋ ਫੱਲਾ ਗੁੱਲਾ ਪਾਕਿਸਤਾਨ ਦੀ ਗਾਂਢ ਤੇ ਲੁੱਲਾ ਮੁਸ਼ਰਫ ਨੇ ਲਾਲ ਮਾਜੀ ਦੀ ਮਾਂ ਚੋਰਤੀ ਇਹ ਸਾਰੀਆਂ ਗੱਲਾਂ ਨੇ ਜਿਹੜੀਆਂ ਪਾਕਿਸਤਾਨ ਦੀ ਇਕਨੋਮੀ ਨੂੰ ਫੇਲ ਕਰਦੀਆਂ ਨੇ ਪਾਕਿਸਤਾਨ ਦੀ ਇਕਨੋਮੀ ਅੱਜ ਪਾਕਿਸਤਾਨ ਜੰਗ ਵਾਲੀ ਸਟੇਜ ਤੇ ਆ ਸਾਡੀ ਭੈਣਾਂ ਤੇ ਫੁੱਦਿਆਂ ਦੀ ਜੰਗ ਆ ਸਾਡੀ ਭੈਣਾਂ ਤੇ ਮੰਮੀਆਂ ਦੀ ਜੰਗ ਆ ਇਹ ਕੀ ਸਮਝੇ ਭੈਣ ਚੋਂ ਸਾਡੀ ਗਾਂਢ ਵੱਟੀ ਪਈ ਆ ਤੇ ਗਾਂਢ ਵੱਟੀ ਸਾਡੀ ਚ ਮੀਡੀਆ ਨੂੰ ਆਪਣਾ ਰੋਲ ਵਧੀਆ ਅਦਾ ਕਰਨਾ ਚਾਹੀਦਾ ਮੀਡੀਆ ਨੂੰ ਚਾਹੀਦਾ ਵੀ ਉਹ ਸਾਡੀ ਭੈਣਾਂ ਦੇ ਫੁੱਦੇ ਵਰਲਡ ਲੈਵਲ ਤੇ ਦਿਖਾ ਦੇ ਵੀ ਸਾਡੀ ਭੈਣਾਂ ਦੇ ਫੁੱਦੇ ਦੇਖ ਲਓ ਕਿੰਨੇ ਪਾੜ ਚੁੱਕੇ ਨੇ ਤੇ ਕਿੰਨੇ ਇੰਨੇ ਤੇ ਜ਼ੁਲਮ ਹੋਏ ਨੇ ਤੇ ਪੈਸੇ ਕੀ ਮਿਲੇ ਨੇ ਕਸ਼ਮੀਰ ਦੇ ਵਿੱਚ ਜਿਹੜੀਆਂ ਆਰਮੀ ਸ਼ਰਮ ਸਾਡੀ ਭੈਣਾਂ ਚੋਤ ਕੇ ਬਾਅਦ ਚ ਭੰਗੜੇ ਪਾਉਂਦੇ ਨੇ ਤੇ ਉਹਨਾਂ ਦੀ ਕੋਈ ਕਾਰਵਾਈ ਨਹੀਂ ਹੁੰਦੀ ਸਵਾਦ ਘੱਟ ਦੇ ਵਿੱਚ ਤਾਲੀਬਾਨ ਵਾਲੇ ਸਾਡੀ ਭੈਣਾਂ ਵੇਖਦੀਆਂ ਦੇ ਉੱਤੇ ਪਟਾ ਚਾੜਦੇ ਨੇ ਉਹਨਾਂ ਤੋਂ ਕੋਈ ਕਾਰਵਾਈ ਨਹੀਂ ਹੁੰਦੀ ਫਲਿਸਤੀਨ ਦੇ ਵਿੱਚ ਇਜ਼ਰਾਈਲ ਦੇ ਦਿਨ ਸਾਡੀ ਕਿੰਨੀ ਭੈਣਾਂ ਵੇਖਦੀਆਂ ਦੇ ਵਿੱਚ AK-47 ਨਾਲ ਗੋਲੀਆਂ ਚਲਾਉਂਦੇ ਨੇ ਉਹਨਾਂ ਤੋਂ ਕੋਈ ਕਾਰਵਾਈ ਨਹੀਂ ਹੁੰਦੀ ਜਿੱਥੇ ਵੀ ਦੇਖ ਲਓ ਮੁਸਲਿਮ ਉਮਾ ਦੀ ਗਾਂਢ ਬੜੀ ਹੋਈ ਆ ਤੇ ਭੈਣ ਚੋਂ ਬਾਅਦ ਕਹਿੰਦੇ ਰਹਿੰਦੇ ਮੁਸਲਿਮ ਉਮਾ ਏਦਾਂ ਮੁਸਲਿਮ ਉਮਾ ਓਦਾਂ ਮੁਸਲਿਮ ਉਮਾ ਦੀ ਗਾਂਢ ਜਦ ਤੱਕ ਜਿਹੜੀ ਆ ਅਮਰੀਕਾ ਇਸਰਾਇਲ ਪਾੜਦੇ ਰਹਿਣਗੇ ਉਦੋਂ ਤੱਕ ਪਾਕਿਸਤਾਨ ਦੀ ਮਾਂ ਚੁੱਭਦੀ ਰਹਿਣੀ ਆ ਇਸ ਕਰਕੇ ਮੀਡੀਆ ਨੂੰ ਚਾਹੀਦਾ ਸਾਡੀ ਭੈਣਾਂ ਦੇ ਫੁੱਦਿਆਂ ਨੂੰ ਸਾਰੇ ਪਾਸੇ ਦਿਖਾਵੇ ਵਰਲਡ ਲੈਵਲ ਤੇ ਉਹਦੀ ਫੋਟੋਆਂ ਦਿਖਾਵੇ ਸਾਡੀ ਭੈਣਾਂ ਦੇ ਫੁੱਦਿਆਂ ਦੀ ਲਾਈਵ ਰਿਕਾਰਡਿੰਗ ਕੀਤੀ ਜਾਵੇ ਪਾਕਿਸਤਾਨ ਜਿਹੜਾ ਜੂਸ ਆਪਣੀ ਭੈਣਾਂ ਦੇ ਫੁੱਦਿਆਂ ਨੂੰ ਦੇ ਕਿਹੜਾ ਮੁੱਠ ਮਾਰਦਾ ਇਸ ਤੇ ਬੈਨ ਲਾਇਆ ਜਾਵੇ ਤੇ ਪਾਕਿਸਤਾਨ ਦੇ ਜੂਸ ਦੀ ਮੁੜ ਚ ਵੀ ਡੰਡਾ ਦਿੱਤਾ ਜਾਵੇ ਇਹਨਾਂ ਨੂੰ ਵੀ ਪਤਾ ਲੱਗੇ ਜਦੋਂ ਗਾਂਢ ਪੜਦੀ ਹੈ ਤਾਂ ਕਿੰਨਾ ਦਰਦ ਹੁੰਦਾ।